ले देख ले आ मुंडे ने जमी शर्म ला रखी है। बे मुंडिया बे पुत्ता उठ खड़ा आ देख ता ले किड्डा दिन चढ़या है नाले धुप देख ले गोडे गोडे चढ़ी पई है ना गल सुन मेरी जाना नहीं हैगा खेता ओ जाना ता है भग जांगे दस के इना किन्ना किनारमा होना ओही ता गल मैं कहनी है भई अज अज दा है क्यों ओ ते काम कोई करनी है कल दा दिन होर फट जू अज अज दा कोई नहीं क्यों दिनु की काली आ जाना उन्होंने की किते बे तू ओनू बुला ले बिहार नु आपा ने ता नहीं कठी पाके बैठना अगली ने होर भी काम लब रखेगा मन करे निकली है बुला पाली मार बोलो ਦੁਪਹਿਰਾ ਕਰਤਾ ਪਤਾ ਨਹੀਂ ਕੀ ਕਾਲੀ ਹੋਈ ਪਈ ਹੈ ਬੇਬੇ ਇੱਕ ਦਿਨ ਦੱਸ ਹੋਰ ਲੱਗ ਜੂ ਚੁੱਕ ਲੈਣਗੇ ਨਰਮਾ ਮਸਾਂ ਜੀ ਲੱਗਿਆ ਜੀ ਹੁਣ ਵਗ ਜਾਣਗੇ ਚੁੱਕ ਕੇ ਅੱਜ ਦਾ ਦਿਨ ਓਏ ਆ ਜਾਓ ਪਾਲੀ ਨੀ ਕੁੜੀਏ ਤਾਂ ਲੇਟ ਕਰਾਤੇ ਹਾਂ ਤੰਦਰੋਂ ਹੀ ਨਹੀਂ ਨਿਕਲੀ ਹੈਗੀ ਬਈ ਦੱਸ ਕੀ ਮੇਲਾ ਦੇਖਣ ਜਾਣਾ ਚੁਗਣਾ ਤਾਂ ਫਿਰ ਨਰਮਾ ਆਇਆ ਸਰਦਾਰ ਨੇ ਟੋਕਰਾ ਮੇ ਚੁਗੜਾ ਆ ਲਓ ਜੀ ਇੱਥੇ ਰੱਖ ਦੇ ਨੀ ਤੂੰ ਆਇਆ ਕਰ ਤੂੰ ਪਿੱਛੇ ਬੈਠਾ ਹੈ ਮੈਂ ਰਹਿੰਦੀ ਇੱਥੇ ਉਹ ਨਹੀਂ ਨਹੀਂ ਬੇਬੇ ਤੇਰੇ ਚ ਭਾਰ ਵਾ ਕੇ ਪਿੱਛੇ ਬਹਿ ਜਾਵੇਂ ਟਾਇਰ ਚ ਹਵਾ ਘੱਟਣ ਵਾਲੇ ਵੇ ਪਤਾ ਟਰਾਲੀ ਬਰਕਾਂਦੀ ਜਾਊਗੀ ਮੈਂ ਇੱਥੇ ਬੈਠੂਗੀ ਉਹ ਕੋਈ ਨਾ ਬੇਬੇ ਬਹਿ ਜਾ ਹੁਣ ਮੁੜ ਆਵਾਂਗੇ ਅੱਧਾ ਕੇ ਕਿੱਲਾ ਰਹਿ ਗਿਆ ਹੁਣ ਚੁੱਕ ਕੇ ਆ ਜਾਵਾਂਗੇ ਬਹਿ ਜਾ ਵੇ ਤੁਸੀਂ ਵੀ ਨਾ ਆਏ ਬੱਚੇ ਹੱਥਰੀ ਪੰਜਾ ਡਿੱਗ ਪੈਗੀ ਮੈਨੂੰ ਪੱਖਾ ਚੜਨਾ ਮਾਰਾ ਸਕਾਰ ਨਹੀਂ ਮਾਰ ਬਹਿ ਜਾ ਕੋਈ ਨਾ ਕੱਲ ਨੂੰ ਪੌੜੀ ਧਰ ਲੈ ਕਰੂੰ ਚੜਨਾ ਪੌੜੀ ਮੈਂ ਚੜ ਫੜ ਕੇ ਚੜਾ ਲੂੰਗਾ ਬਰਕਾਂਦੀ ਜਾਊ ਇਹ ਟਰਾਲੀ ਜੀ नहीं सरदार जी अब दिवाली आने वाली है ना हम हमारे गांव जाके मनाएंगे क्या करें सरदार जी मजबूरी है हम लोगों को ठीक है पाली चल दिवाली हर एक घर ही मना वधिया लगता पर जे इत्थे रहिंदी तां आपां उत्थे वधिया अमृतसर जाएंगे सरदार जी वो क्या बात है ना अम्मी घर में बीमार है ना तो अकेले छोड़ कर आए हैं और पाली कोई गल बात आज तक तुम चले जाना शाम को सरदार जी क्या बात सुनाओ बस ऐसी जिंदगी चल रही है वो बापू है ना बहुत शराब पीता है जो भी कमाते हैं सब शराब में उड़ा देते हैं चलो और तो फिर की टेंशन लेनी है ब्याह तो फिर आप ही हो जाना सरदार जी शादी की फिर भी होगी ना पास में पैसा होगा वो शादी का पैसा भी मैंने खुद ने ही करना खुद ने तो कोई ना शादी की टेंशन ना ले शादी तो तेरी आप ही हो जानी है सरदार जी ऐसे कैसे हो जाएगी ऐसे ही हो जाती कराने वाली तो बनती कोई ना जो तो कहता असि है इन्ने जो कि थोड़ी मदद कराएंगे कोई बात नहीं सरदार जी आपका बहुत धन्यवाद मजबूरी है गाँव तो जाना ही है ना वापस जाना तो है इसी का एक रात होर ला जाते की हो जाता सवेरे बग जाते ट्रेन कल शाम बग जाते बेबे ने की कहना मच दिया
नहीं सरदार जी, ऐसी तो कोई बात नहीं है, हम वैसे जा रहे हैं, हमने जाना है गाँव। पाली पाली उतर जा, उतर जाके ना मार छाला। बे पुत्र तू भी उतरिया, 12 बजे पाई ने देखता ला टाइम। चादर बन के केरा लग मंड जो केरा केड़ा त्राह है पुत, गल सुन मेरी, तुसी ता दोवें इत्थे लग जो ते असी दोवें इधरों लियाने आ। ओ मैं कहिंदा सी बेबे वी तुसी दोने उधरों लग जो, इधरों असी तोड़ देवें ते पाली इधरों बग जांगे सी। ਉਹ ਤਾਂ ਅਸੀਂ ਦੋਵੇਂ ਲੱਗਦੇ ਆ, ਚਾਰ ਚਪੇਰੇ ਘੇਰਾ ਪਾ ਲਓ ਇਹਨੂੰ, ਮਿੰਟਾਂ ਚ ਚੁਗਿਆ ਜਾਊ। ਉਹ ਦੋਨੇ ਬੇਬੇ ਤੁਸੀਂ ਪਤਾ ਕੀ ਉਹੀ ਗੱਲ ਫਿਰ ਬੁੜੀਆਂ ਗੱਲਾਂ ਵਾਲੀਆਂ ਕਰਦੇ ਹੁੰਦੇ ਹੋ, ਸਾਨੂੰ ਲੱਗ ਜਾਣ ਦੇ ਵਧੀਆ ਸੀ। ਚਲ ਕੋਈ ਨਾ ਜੀ, ਲੱਗਣਾ ਤੁਸੀਂ ਇਧਰੋਂ ਲੱਗ ਜਾਓ, ਅਸੀਂ ਉਧਰੋਂ ਲੱਗ ਜਾਣਾ। ਉਹਦੇ ਭੇਗ ਲਾ ਰੱਖਿਆ, ਮੈਂ ਤਾਂ ਮੁਸ਼ਕ ਆਉਂਦੀ ਦਾਰੂ ਦੀ। ਭੇਗ ਲਾ ਰੱਖਿਆ ਫਿਰ ਮੈਨੂੰ ਕਾਹ ਤੋਂ ਬਿਠਾਇਆ ਤੂਰੇ, ਮੈਨੂੰ ਮੁਸ਼ਕ ਨਹੀਂ ਆਈ ਹੈਗੀ। ਪਿੱਛੇ ਜੇ ਬੈਠਾ ਸੀ ਮੈਂ, ਚਲ ਕੋਈ ਨਹੀਂ, ਹੋਰ ਹੁਣ ਇਹਨੂੰ ਬਿਠਾ ਦਾਂ ਉੱਥੇ। ਇਹ ਤਾਂ ਪਿਓਤੀ ਸੀ, ਇਹਨਾਂ ਨੂੰ ਕੋਈ ਡਰ ਸੀ? ਪਿਓਤੀ ਸੀ ਫਿਰ ਵੀ ਇਹਨਾਂ ਨੇ ਜਾਣਾ ਵੀ ਆ ਉਰੇ, ਗੱਲਾਂ ਗੱਲਾਂ ਚ ਮਸਾਲਾ ਨਾ ਫੁੱਕ, ਠੀਕ ਹੈ? ਜਾਣਾ ਕੋਈ ਨਹੀਂ, ਜੇ ਰਹਿ ਗਿਆ ਮਾਣਾ ਮੋਟਾ ਕੱਲ ਨੂੰ ਚੁਗ ਲਾਂਗੇ ਸੀ, ਘੰਟਾ ਦੋ ਘੰਟੇ। ਤੇਰਾ ਮੈਨੂੰ ਲੱਗਦਾ ਇਰਾਦਾ ਹੈ ਹੀ ਨਹੀਂ ਅੱਜ ਚੁਗਣ ਦਾ। ਇਰਾਦਾ ਤਾਂ ਹੈਗਾ, ਮੈਨੂੰ ਵੀ ਐ ਚੁਗਿਆ ਤਾਂ ਜਾਵੇ, ਪਰ ਇਹ ਆ ਵੀ ਚੱਲ ਕੋਈ ਨਹੀਂ, ਇੰਨੀ ਕਾਲੀ ਨਾ ਕਰੇ ਵੇ। ਇਹਨਾਂ ਦਾ ਕੱਲ ਨੂੰ ਕਾਹਨੂੰ ਦਿਨ ਭੰਨਣਾ ਹੈਗਾ ਜਦ ਅੱਜ ਚੁਗਿਆ ਜਾਂਦਾ ਇਹ, ਇਹਨਾਂ ਨੇ ਜਾਣਾ ਹੈ। ਜਾਣਾ ਜਾਣਾ ਲਾ ਰੱਖਿਆ ਵੇ, ਦੱਸ ਕੀ ਕੈਨੇਡਾ ਜਾਣਾ ਇਹਨਾਂ ਨੇ? ਵੇ ਬਿਹਾਰ ਕਿਹੜਾ ਕੈਨੇਡਾ ਨਾਲੋਂ ਘੱਟ ਹੈ, ਦੱਸ ਕੀ ਕੰਨ ਕੋਲੇ ਖੜੇ, ਬਿਹਾਰ ਵੀ ਐਂ ਤੁਰ ਜਾਣਗੇ ਮਿੰਟਾਂ 'ਚ। ਚੱਲ ਕੋਈ ਨਾ ਪਾਲੀ, ਲੱਗ ਜਾਓ। ਆਜਾ ਪੱਲੀ ਆਜਾ, ਇਹ ਤਾਂ ਮਰੀ ਜਾਊਗਾ ਪਕਾਈ। ਖੜ ਜਾ ਮਾਂ, ਮੇਰੀ ਗੱਲ ਸੁਣ ਹੁਣ। ਹਾਂ ਦੱਸ। ਕਿਉਂ ਕਾਲੀ ਕਾਲੀ ਕਰੀ ਜਾਂਦੀ ਆ ਇੱਥੇ, ਚੁੰਡੀਆਂ ਛੱਡੀ ਜਾਣਗੇ, ਮਸਾਂ ਨਰਮਾ ਹੋਇਆਗਾ, ਖਰਾਬ ਕਰਵਾਏਂਗੀ ਸਾਰਾ। ਬੇ ਨਹੀਂ ਛੱਡਦੇ ਚੁੰਡੀਆਂ, ਮੈਂ ਨਾਲ ਆ, ਮੈਂ ਟੋਕੂੰਗੀ ਇਹਨੂੰ। ਫਿਰ ਐਡੀ ਕਾਲੀ ਕਰਨ ਦੀ ਕੀ ਲੋੜ ਹੈ, ਜੇ ਰਹਿ ਗਏ ਕੋਈ ਨਹੀਂ ਚੁਗ ਲਾਂਗੇ। ਹੋਰ ਪੁੱਛ ਲੈ, ਇੱਕ ਦਿਹਾੜੀਆ ਉਹ ਜਾਣਾ ਜਾਣਾ ਲਾ ਰੱਖਿਆ ਉਹਨੇ, ਜਾਣਾ। ਮੈਂ ਤੈਨੂੰ ਪਹਿਲਾਂ ਵੀ ਕਿਹਾ ਹੈ ਵੀ ਪੈਸੇ ਝਾੜਾਂ ਦੇ ਲੱਗਦੇ ਨੇ, ਇੱਕ ਦਿਹਾੜੀਆ ਕੱਲ ਨੂੰ ਫਿਰ ਹਰ ਰੋਟੀ ਟੁੱਕ ਚਾਹ ਗੁੜ ਦੁੱਧ ਖਰਚਾ ਥੋੜਾ ਹੁੰਦਾਗਾ। ਤੈਂ ਤਾਂ ਕਹਿਤਾ ਨਾ ਦੱਸ, ਕੋਈ ਨਾ ਉਹੀ ਨਾ ਸਾਰਾ ਦਿਨ ਕੌਂਸੀ ਜਾਇਆ ਕਰ, ਪੈਸਾ ਪੈਸਾ ਸਰਫਾ ਕਰ ਲਿਆ ਕਰ ਮੜਾ ਮੋਟਾ। ਚੱਲ ਚੰਗਾ ਜਾ, ਮੇਰੇ ਝੋਲੀ ਬੰਨ ਦੇ ਹੁਣ। ਝੋਲੀ ਬੰਨ ਦੇ ਹੈ ਕੁੜੇ ਪਾਲੀ, ਇੱਕ ਗੱਲ ਪੁੱਛਾਂ ਮੈਂ ਤੈਨੂੰ। ਜੀ ਸਰਦਾਰਨੀ ਜੀ। ਇੱਥੇ ਤਾਂ ਤੁਸੀਂ ਚੱਲ ਨਰਮਾ ਨਰਮਾ ਚੁੱਕ ਕੇ ਟਾਈਮ ਪਾਸ ਕਰ ਲੈਂਦੇ ਹੋ, ਹੈ ਤੇ ਫਿਰ ਉੱਥੇ ਜਾ ਕੇ ਕੀ ਕਰਦੇ ਹੋ ਭਲਾ? 6 ਮਹੀਨੇ ਕਿਵੇਂ ਲੰਘਦੇ ਨੇ ਤੁਹਾਡੇ? ਕਰਨਾ ਕਿਆ ਸਰਦਾਰਨੀ ਜੀ, ਪਹਿਲੇ ਮੰਮੀ ਕਰਦੇ ਥੇ ਲੋਗੋਂ ਕੇ ਘਰੋਂ ਮੇ ਕਾਮ, ਅਬ ਹਮ ਕਰ ਲੈਤੇ ਹੈਂ, ਸਾਡੀ ਕੀ ਫਿਕਰ ਹੈ। ਪਰ ਬਾਪੂ ਜੀ ਤਾਂ ਕਿਆ ਕਰਦਾ, ਬਾਪੂ ਜੀ ਤਾਂ ਬਸ ਸ਼ਰਾਬ ਪੀਤੇ ਹੈਂ, ਜੋ ਕਮਾਈ ਹਮ ਕਰਤੇ ਹੈਂ ਸਭੀ ਕੀ ਖਰਾਬ ਕੀ ਜਾਤੀ ਹੈ। ਅੱਛਾ, ਫਿਰ ਇਹ ਤਾਂ ਬਾਲਾ ਹੀ ਔਖਾ ਹੈ ਨਾ। ਲੈ ਮਾਂ, ਹੁਣ ਦੁੱਖ ਸੁੱਖ ਕਰੇਂਗੇ ਇਹਦੇ ਨਾਲ, ਮੈਨੂੰ ਪਹਿਲਾਂ ਹੀ ਪਤਾ ਸੀ ਵੀ ਤੁਸੀਂ ਗੱਲਾਂ ਕਰੀ ਜਾਓ, ਕਿਹੜਾ ਚੁਗੋਂਗੇ ਨਰਮਾ। ਬੇਪੱਤਾ, ਗੱਲ ਸੁਣ ਮੇਰੀ, ਬੋਲਦੇ ਤਾਂ ਸੀ ਮੂੰਹ ਨਾਲ, ਚੁਗਣਾ ਤਾਂ ਹੱਥਾਂ ਨਾਲ ਹੈ। ਉਹ ਚੁਗਣਾ ਤਾਂ ਹੱਥਾਂ ਨਾਲ, ਫਿਰ ਵੀ ਤੁਸੀਂ ਗੱਲਾਂ ਬਾਹਲੀਆਂ ਕਰਦੇ ਹੋ, ਐਂ ਟਾਈਮ ਖਰਾਬ ਕਰੀ ਨੂੰ, ਐਂ ਕਰ ਪਾਲੀ ਜਾ ਜਾ ਆਪਾਂ ਉੱਧਰ ਲੱਗਦੇ ਹਾਂ, ਤੂੰ ਚੁਗ ਲਾਮਾ ਇੱਥੇ ਜਾ, ਉੱਧਰ ਲੱਗ ਕੇ ਚੁਗ ਨਰਮਾ, ਛੇਤੀ ਚੁਗਿਆ ਜਾਊ। ਬੇਪੱਤਾ, ਗੱਲਾਂ ਬਾਤਾਂ ਨਾਲ ਟਾਈਮ ਪਾਸ ਵਧੀਆ ਹੋ ਜਾਂਦਾ, ਜੀ ਲੱਗਿਆ ਰਹਿੰਦਾ। ਪਾਸ ਨਹੀਂ, ਇਕੱਲਾ ਬੰਦਾ ਵਧੀਆ ਚੁਗੀ ਜਾਂਦਾ, ਕੰਮ 'ਚ ਧਿਆਨ ਹੁੰਦਾ, ਤੂੰ ਗੱਲਾਂ ਮਰੀ ਨਹੀਂ। ਨਾ ਫਿਰ ਮੈਨੂੰ ਐਂ ਦੱਸੋ, ਤੁਸੀਂ ਨਹੀਂ ਗੱਲਾਂ ਕਰੋਗੇ? ਆ ਦੇਖੀ, ਹਜੇ 2 ਕਿਲੋ ਨਹੀਂ ਚੁਗਿਆ। ਲੱਗ ਰਹੀਆਂ ਚੁਗਣ ਪੱਤਾ, ਅੱਛਾ ਮੈਨੂੰ ਲਾਲਚ ਨਹੀਂ ਹੈਗਾ ਭਲਾ। ਚੱਲ ਪਾਲੀ ਆ ਜਾ, ਇਧਰੋਂ ਲੱਗ ਜਾ। ਨਾ ਫਿਰ ਤੁਸੀਂ ਵੀ ਉੱਥੇ ਗੱਲਾਂ ਹੀ ਮਾਰੀ ਜਾਓਗੇ। ਉਹ ਤੇ ਬੇਬੇ ਖਿੜਾ ਹੀ ਬਲਾ ਹੈ, ਇੱਥੇ ਚੁਗ ਲਾ ਤੂੰ, ਆ 2 ਤਾਂ ਛੱਡੀਆਂ ਰਹਿ ਗਈਆਂ ਹੁਣ। ਆ ਮੁੰਡੇ ਨੂੰ ਤਾਂ ਨਾ ਬਹਾਨਾ ਹੀ ਚਾਹੀਦਾ ਪਾਲੀ ਦੇ ਲਵੇ ਲੱਗਣ ਦਾ, ਪਤਾ ਨਹੀਂ ਇਹੋ ਜਿਹਾ ਕੀ ਇਹ ਚ। ਪਰ ਅੱਜ ਚੁਗਿਆ ਜਾਵੇ, ਪਰ ਜਾਣਗੇ ਘਟੂਗੀ ਰਾਂ ਦੀ, ਇਹਨਾਂ ਦੀ ਸਾਰਾ ਦਿਨ ਉਹਦੇ ਨਾਮ ਜਪਦਾ ਰਹਿੰਦਾ ਹੈਗਾ ਪਾਲੀ ਪਾਲੀ। ਆ ਜਾ ਪਾਲੀ, ਇੱਥੇ ਲੱਗ ਜਾ, ਉੱਥੇ ਤਾਂ ਐਵੇਂ ਬੇਬੇ ਹੋਰ ਹੀ ਗੱਲਾਂ ਕਰੀ ਜਾਂਦੀ ਆ ਬੇਫਾਲਤੂ ਜਿਹੀਆਂ। ਕੋਈ ਬਾਤ ਨਹੀਂ ਸਰਦਾਰ ਜੀ, ਸਰਦਾਰਨੀ ਕੀ ਬਾਤ ਵੀ ਮਾਨਨੀ ਪੜਦੀ ਹੈ ਨਾ। ਉਹ ਮੰਨਣੀ ਤਾਂ ਪੜਦੀ ਆ, ਬਸ ਉਹੀ ਕਹਿ ਦਿੰਦੀ ਆ ਉਹ, ਮੈਨੂੰ ਨਹੀਂ ਚੰਗੀਆਂ ਲੱਗਦੀਆਂ, ਸਾਰਾ ਦਿਨ ਬੰਦੇ ਨੂੰ ਉਹੀ ਟੋਕੀ ਜਾਣਾ, ਉਹੀ ਪੁੱਛੀ ਜਾਣਾ ਕਿੱਥੇ ਹੋ ਕੀ ਕਰਦੇ ਹੋ। ਮੈਂ ਤੈਨੂੰ ਇੱਕ ਗੱਲ ਕਹਿੰਦਾ ਸੀ ਪਾਲੀ। ਜੀ ਸਰਦਾਰ ਜੀ। ਅੱਜ ਤੁਸੀਂ ਸੱਚੀ ਜਾਣਾ? ਸਰਦਾਰ ਜੀ ਆਪ ਬਾਰ ਬਾਰ ਐਸਾ ਕਿਉਂ ਪੁੱਛ ਰਹੇ ਹੋ, ਹਮਨੇ ਬਤਾ ਦਿਆ ਨਾ, ਆਜ ਹਮ ਸ਼ਾਮ ਕੋ ਚਲੇ ਜਾਏਂਗੇ। ਚਲੇ ਤਾਂ ਜਾਓਗੇ, ਪਰ ਮੇਰਾ ਪਤਾ ਨਹੀਂ ਕਿਉਂ ਪਾਲੀ ਦਿਲ ਜਾ ਡੋਲ ਰਿਹਾ। ਹਾਂ ਸਰਦਾਰ ਜੀ, ਆਪ ਬਾਰ ਬਾਰ ਐਸਾ ਬੋਲ ਰਹੇ ਹੋ ਨਾ, ਤੋ ਮੁਝੇ ਐਸਾ ਲੱਗਤਾ ਹੈ ਕਿ ਆਪਕੋ ਹਮਸੇ ਪਿਆਰ ਹੋ ਗਿਆ। ਮੈਂ ਤੈਨੂੰ ਕਹਿਣਾ ਸੀ ਪਾਲੀ ਵੀ ਮੈਂ ਤੈਨੂੰ ਪਸੰਦ ਕਰਦਾ, ਵਿਆਹ ਕਰਾਉਣਾ ਸੀ, ਇੱਥੇ ਰਹਿ ਜਾਂਦੀ ਤਾਂ ਵਧੀਆ ਸੀ। ਕਿਆ ਕਰੇ ਸਰਦਾਰ ਜੀ, ਹਮ ਲੋਗੋਂ ਕੀ ਮਜਬੂਰੀ ਹੈ, ਹਮ ਲੋਕ ਤੋਂ ਪੈਸਾ ਕਮਾਨੇ ਪਤਾ ਨਹੀਂ ਕਹਾਂ ਕਹਾਂ ਜਾਤੇ ਹੈ, ਐਸਾ ਨਹੀਂ ਹੋ ਸਕਤਾ ਹੈ। ਆਪ ਸਰਦਾਰ ਲੋਗ, ਬੜੇ ਲੋਗ, ਔਰ ਹਮ ਲੋਕ ਤੋਂ ਮਿਹਨਤ ਮਜ਼ਦੂਰੀ ਕਰਨੇ ਵਾਲੇ ਲੋਗ ਹੈ,
आप कोई अच्छी सी लड़की ढूंढ कर शादी करवाना। पाली 20 साल हो गए सानू नरमा बीज दिन, अज तक नहीं किसी ने कही सी ये गल। जे तू पसंद सी तां ही कहा सीगा। सरदार जी जितना मजाक करना है ना कर लो, आज शाम को तो हम लोग चले जाएंगे। बड़ी तेनू काली पई है जान दी, बग जाना बग जाना। गाह नू की पता तेरा नरमा चुगन किसी दे होर बग जाए ना आवे साडी। पर मैं फिर भी जिद करके बेबे नाल ना ऐ कहना ना भी आपां उही बंदे लैके आउणे आ। पक्का सोनू ला रख्या सी, आए साल सोनू ही लैके आउणा सी। सरदार जी अब घर में मेरी शादी की बात चलती रहती है, ये भी नहीं पता कि मैं अगली बार पंजाब आऊं या ना आऊं। ये की गल हुई वाली ते जिहड़े आपां इन्ने टाइम दे गल्लां करदे सी आपां इकट्ठे रहांगे ते तू कहिंदी सी हां मैं रहना हैगा ते ओह की समझा हुण फिर मैं। ओ सरदार जी ऐसी बातें तो फिल्मों में होती रहती हैं और जिंदगी में थोड़ी ना होती हैं। पर मैं तो सच मान लिया सी पाली सारा कुछ। सरदार जी आप ना चुपचाप अपना काम कर लो, मैंने आपकी मम्मी को बता दिया ना तो आखिर के दिन आप पे डांट पड़ जाएगी। हुण तक ही डांट पड़नी है, डांट तो पड़ गई जिहड़ी पड़नी सी पाली। तू मैनूं पहलां दस सकदी सी वी तेरे रिश्ते दी गल चल रही है। सरदार जी आप खुद सोचिए आपका और हमारा क्या मेल जोल है, और आप बड़े लोग सरदार लोग हैं और हम गरीब लोग मेहनत मजदूरी करके खाने वाले। पाली चल जे तेरे ब्याह की गल चलती है तो उन्ना टाइम इतने तो प्यार कर सकती हैं, नरमे की गल नरमे की खत्म। मैं कहड़ा तेरे पिछे बिहार आने लगे। सरदार जी मैंने बोल दिया ना आप चुपचाप अपना काम कर लो, मैंने जाकर अब सच में ही आपकी मम्मी को बता देना। चल नहीं मनना तो ठीक है, बार बार धमकी क्यों देनी है। तो क्या बात है सरदार जी बार बार एक ही बात बोली जा रहे हो आप। बे हरिए चुगला तांदा वादा वे देखी तेनू शर्म नहीं आंदी हैगी पाइया नरमा है झोली चा। चुगी ता जानेगा सरदार ने होर की करदा, ज्यादा बेला होया पे नाले तू ऐ कर केड़े लावेगा तू लल्लर, चाह बना ला जाके। चल मैं बना लेना। नाले देखी उन्हां नू की शर्म ला रखी है, चुगदे घटने ते गल्लां वध करी जांदे ने। नाले मैं मुंडे नू कहा सी वी उरी लगी रहण दे पाली नू, कहिंदा ना ना तुसीं तां चुगदे नहीं हैगे वी तुसीं बाला चुगी जांदे हो, लै खड़े गल्लां लग रहे ने मारन, उन्हां नू शर्म नहीं आउंदी हैगी उरी अथण कर देणगे। चल सरदार नी टाइम होया पर मैं चाह बनाउणा, तुसीं आ जाओ ठीक है मैं बोल मारूंगा। हां बना लै हरी मिंट मारी कितें उत्थे घर पा के बह जे, छेती मारी बोल भुख लगी पई है। चंगा इन्ना काणा जा का तो होया पिया नरमा, आ पिछे जे नरमा देखा ती किन्ने सोहणे सोहणे फुट सीगे, ये तो बाला ही पता नहीं तां मुंडे ने सरपे सरपू नहीं करी, ओह कड़ा गौर करदा हैगा। लै देख लै जमी सरम ला रखी है, मैं लानी हाँ उन्हां दी क्लास किवें खड़े ने जुड़े भी तुसीं नरमा चुगना आए हो कोई गल्लां करन आए हो। उहनूं तां चल कुड़ी नूं तां की कहना मैं, आपदे वाले नूं इहने जमी नहीं शर्म आउंदी, जमी नहीं इहनूं लोभ लालच जिहा हैगा भी चुगना ही चुगना परां चुके परां टाइम नाल जाइए, जाके फिर मैनूं नेहरे 'च मारनियां पैणगियां टक्करां। मैं लाउनी हाँ इहदी क्लास, ऐ नहीं इह सुधरदा हैगा। निपाली ना नरमा चुगदे होगा की करदे हो रे। क्या कहते हैं सरदारनी जी तेरा काल जा कहनी आ, नहीं पहला मैनू आए दस कह झोलियां लातिया तुसी ने, सोनू शर्म नहीं आंदी पल्ली सोडी खाली पई है, सिर सिर नरमा नहीं हैगा सोडी झोलियां च। बे मुंडिया मेरी गल सुन, सोडे नाल नू मैं दूजी झोली भरन वाली कर रखी है। बेबे जे नरमा छटियां ते लग्या ऊ फेर ही आ, नरमा तां सारा काणा जा चुगी तां जाने आ, ऐ हुण मशीना थोड़ा असीं ना। उदों मैं तैनूं थोड़ा बिल क्या करदी बे, गौर कर लै करदे ओ ते सरपे सपू, हुण कहिंदा नरमे सुंडी पै रही है। बस गाहां नूं मैं बीज दे नहीं, गाहां नूं लाई जीरी करांगे हुण वेले मौज नाल। चल वधिया चंगा चुगी खड़े आ तुसीं, ऐ करो चाह नूं बोल वज रहेगा, चलो आ जा चाह पीए। चल आ गए कोई नहीं पीने आ, आ जाओ आ जाओ उरे फेर घंटा ला दोगे, उत्थे कर लो छौं च बह के गल्लां जिहड़ियां करनियां ने। गल्लां दा की करनी ने, चल कोई ना पाली ना। बे मैनू सुनदा नहीं हैगा, अच्छा मेरे कन्न नहीं हैगे जे सोनू है भी मानू कुछ सुनदा नहीं हैगा, सुनी जांदा उत्थे सारा कुछ लग रहा उहदे ते टुब टुब पता नहीं किहड़े गीत गाने हो, पर जिहड़ा हैगा सिर सिर लज रख दो कल्ली दी वी। ਬੋਲਾ ਨਾ ਬੇਬੇ ਸੱਚੀ ਬੋਲਾ, ਦਿਮਾਗ ਖਾਣੀ ਹੈ ਨਰਮਾ ਵੀ ਨਹੀਂ ਚੁੱਕਣ ਦਿੰਦੀ, ਅੱਧਾ ਤਾਂ ਤੇਰੀ ਟੈਨਸ਼ਨ ਰਹਿੰਦੀ ਹੈ। ਅੱਛਾ ਮੈਂ ਨਹੀਂ ਚੁਗਣ ਦਿੰਦੀ ਨਾ, ਮੈਂ ਤੁਹਾਡੇ ਹੱਥ ਫੜੇ ਨੇ ਮੈਂ ਚੁਗਣ ਨਹੀਂ ਦਿੰਦੀ ਹੈਗੀ, ਜੇ ਨਰਮੇ 'ਚ ਧਿਆਨ ਹੋਊਗਾ ਫੇਰ ਹੀ ਚੁਗੋਗੇ, ਧਿਆਨ ਤਾਂ ਪਤਾ ਨਹੀਂ ਕਿਹੜੇ ਪਾਸੇ ਰਹਿੰਦਾ ਤੇਰਾ। ਚਲ ਪੀਰ ਵਾਲੇ ਵਿੱਚ ਆ ਜਾ ਛੇਤੀ ਆ ਜਾ ਲੈਣ ਦੇ, ਕਿਤੇ ਇੱਥੇ ਖੜੇ ਰਹੋ। ਕੱਪੜਾ ਝੋਲੀ ਜੀ ਬਸ ਕੋਈ ਨਾ ਪਾਲੀ, ਆ ਤੇਰੇ ਵਾਲੀ ਪੰਡ ਜੀ ਛੱਡ ਰਿਹਾ ਤੈਨੂੰ ਮੇਰਾ ਨਰਮਾ, ਤੈਨੂੰ ਨਹੀਂ ਦੇਖੀ ਕੁਛ ਕਹਿੰਦੀ, ਨਾਲੇ ਅੱਜ ਤਾਂ ਲਾਸਟ ਦਿਨ ਹੀ ਹੈ।
आ देखो वे साड़ी पल्ली च नरमा नाले सोडी पल्ली च दिखा सोडी पल्ली ता जमी खाली पई है तो फिर की हो गया टाइम भी देख लो सुनू सारी उम्र ता नरमे च लांगी हुन चुकदे आं दी ना फिर तेरे दो हाथ सोडे ने दो हाथ मेरे ने है ओ माए ना करया कर मैं कल दा लगया चुकण हजे तेनू सारा टाइम हो गया नी होर कल दा लगेगा चुगण च ध्यान नी ती गल्लां च ध्यान ती हुन फटाफट चाह पी लै बाज बाज शिकरें देखी किवें हो गई बाहां कुछ नहीं हुंदा तू चाह पी सरदारा क्या बन गई चाह पी लै ठंडी दो मिनट फूक मार मार के पी लै बाटियां पा रखी सी कदों दी हजे हवा नहीं निकली इच्छा दम लैण वेले चुप कर जाया कर बेबे की तैनूं तमा हो रही है पैसे दी वी छेती चुकिया जावे छेती करो करो क्यों काली कदों करी इन्हें की गल है बे गल तां कुछ नहीं पुत तू इत्थे गल्लां जिहे ना मार तू नरमा चुका दे जिहड़ा हैगा चुक के आपां छेती घरे चलीए नाले आ गल इहने जाणा गल आह हैगा अपने रहे आई बारी आने तेन की करात हो लग जूगी इन्हों काम नहीं है चल कोई ना हुण अगला की कहे रहना जो तड़के जाना छेती करो घंटे च नरमा चुक कि नरमा दस किले जी क्यारा रह गया चुक दांगे घंटे च तू तां जाके मंजे ते लिटना है मैं ता सौ काम करने ने करें जाके ओ सौ कामों दस की करने ने भद्दवाली वाले वास्ते नूं कली या कौलां ते मारनी या खेत ते मट्टी ते करना ना होर की काम ने तैनूं जे ता नाल करा दिया कर लग लगा के हैं नाल मैं इत्थों नहीं इत्थे नाल घर जिंदे नाल छेड़ा छेड़ के वजी वी कमरे धोणे आए करना करे मैं इत्थों कुछ नहीं हुंदा काम रखेगा कल पाली नूं ना फिर कल नूं सारी सफाई कराऊं देख लै कही ता जांदा तू कर दूगी नाल सफाई नहीं सरदारनी जी हम लोग नहीं रुक सकते हम तो आज शाम को जाएंगे ही जाएंगे हमने मम्मी को फोन भी कर दिया बस सुन ली हुण तां चल कोई ना फिर बे जदों इन्हां दा हुण मन ही बणिया पिआ जाण दा फिर जदों इह जाणगे फिर आपां ने इत्थे कानूं कवेला करना चुक के जाइए घरे छेती चल बे ना ना तौणा भी अगले तैयार भी होणगे टाइम तां लगूगा ई शिकरियां बज्जियां काली च देखी किवें खून निकलिया लत्त ते आ ठंडी हो गई चक लै चाह चाह तां बस हुण हो गई ठंडी इत्थे मरी जांदा गल्लां जीआं आ हथ पैर दे कुड़िए कोई ना आ गए बे चुक तूं मांझ दे बाटी ਦੇ ਪੀ ਲੈ ਪੁੱਤ ਪੀ ਲੈ ਨਾਲੇ ਤੇਰੀ ਬਾਟੀ ਵੀ ਮਾਨ ਦੂ ਮੈਂ ਫੜਾਉਣਾ ਬਸ ਠੰਡੀ ਹੋ ਗਈ ਸੀ ਲੈ ਮਾਂਜਦੀ ਅਬੇ ਚੱਲ ਬੰਨ ਝੋਲੀ ਹੈ ਨਹੀਂ ਪਾਲੀ ਤੁਸੀਂ ਕੀ ਗੱਲਾਂ ਜੀਆਂ ਕਰੀ ਜਾਂਦੇ ਸੀ ਸਰਦਾਰ ਨੇ ਜੀ ਹਮਨੇ ਕੀ ਬਾਤਾਂ ਕਰਨੀ ਕੁਛ ਨਹੀਂ ਉਹ ਤਾਂ ਐਸੀ ਸਰਦਾਰ ਜੀ ਆਪਣੀ ਬਾਤਾਂ ਕਰ ਰਹੇ ਅੱਛਾ ਲੈ ਆ ਫੜਾਉਣਾ ਕਰ ਦੇਣਾ ਨਹੀਂ ਕੱਠੇ ਚੱਲ ਤੈਂ ਵੀ ਤਿਆਰੀ ਤਿਆਰੀ ਕਰਨੀ ਹੈ ਜਾ ਕੇ ਨਾਣਾ ਤਾਂ ਹੋਣਾ ਹੈਗਾ ਦੇਸਾਂ ਦਾ ਟਾਈਮ ਲੱਗ ਜੂਗਾ ਜਾਉਂਗੇ ਅੱਜ ਬੰਨ ਲੈ ਚਾਦਰਾ ਚੁਗਲਾ ਚੁਗਲਾ ਹਰੀਏ ਓ ਸਰਦਾਰ ਹਾਂ ਹਰੀਏ ਮੈਨੂੰ ਆਦੀ ਇੱਕ ਸ਼ਰਾਬ ਦਾ ਲਿਆ ਦੇ ਯਾਰ ਸ਼ਰਾਬ ਹਾਂ ਉਹ ਹੁਣੀ ਸ਼ਰਾਬ ਤਾਂ ਕੀ ਕਰਨੀ ਹੈ ਦੁਪਹਿਰੇ ਉਹ ਫਿਰ ਤਾਂ ਅਸੀਂ ਪਿੰਡ ਵਗ ਜਾਾਂਗੇ ਤੈਨੂੰ ਪਤਾ ਤਾਂ ਹੈ ਅੱਜ ਪਿੰਡ ਤਾਂ ਵਗ ਜਾਾਂਗੇ ਫਿਰ ਹੁਣ ਥੋੜਾ ਪੀਣੀ ਆਪੇ ਕੋਈ ਨਾ ਲਿਆ ਦੇ ਲਾ ਲਾਂਗੇ ਯਾਰ ਪੈਗ ਉਹੀ ਤਰ੍ਹਾਂ ਕੰਮ ਵੱਧ ਕਰ ਦੂੰ ਮੈਂ ਤੇਰੇ ਬੰਦੇ ਦਾ ਮੈਂ ਨਰਮਾ ਚੁਗ ਦੂੰ ਕੋਈ ਨਹੀਂ ਤੂੰ ਐ ਕਰ ਚੁਗ ਦੇਖਦਾ ਮੈਂ ਜੇ ਟਾਈਮ ਹੋਇਆ ਤਾਂ ਲਿਆ ਯਾਰ ਸਰਦਾਰ ਸਰਦਾਰ ਬੋਲੀ ਪੀਣਾ ਤੂੰ ਵੀ ਦਰ ਵੀ ਦਿਨੀ ਪੀਣ ਲੱਗ ਜਾਣਾ ਓ ਸ਼ਰਾਬ ਤੋਂ ਬਿਨਾ ਕੀ ਬਣ ਪਾਲੀ ਜੀ ਸਰਦਾਰ ਜੀ ਕਿਉਂ ਆ ਸ਼ੁਕਰੀਆ ਨਾਲ ਹੱਥ ਪੜਵਾਏ ਨੇ ਯਾਰ ਦੇਖੀ ਕਿਵੇਂ ਹੱਥਾਂ ਦਾ ਕੀ ਹਾਲ ਕੀਤਾ ਆ ਹੱਥਾਂ ਨਾਲ ਤਾਂ ਤੂੰ ਮੈਨੂੰ ਰੋਟੀਆਂ ਖਵਾਉਣੀਆਂ ਸੀ ਲਾ ਕੇ ਮੈਂ ਤੈਨੂੰ ਇਹ ਕਹਿਣਾ ਪਾਲੀ
अज शाम नूं तुसीं चले जाणा, फिर भी अपनी हां जां ना दस दे, मैनूं घबराहट हो रही है। सरदार जी, आप कैसी बातें कर रहे हैं? मैंने आपको बताया था ना कि मेरी शादी मेरे घर वालों की मर्जी से ही होगी, और मैंने आपको ये भी बताया था कि मम्मी बहुत बीमार रहते हैं और मम्मी की चिंता से डैडी शराब पीने लगे हैं। हम जो भी कमाते हैं बस सभी पैसे की हमारी शादी करनी है, और आप ये मत सोचो कि मैं किसी और की होने जा रही हूँ। आप पढ़ लिख कर अच्छी से नौकरी ढूंढ लेना और फिर अच्छी लड़की से शादी करवा लेना। पाली ये नहीं होंदा, तुसीं जाना यार अज, मैनू पता मेरी जान ते बनी हुई है भी तुसीं भग जाना, फिर मुड़ के गल नहीं होनी। उत्तों तू यह कहा कहती मेरा विआह होना, हुण मैनूं तां यह सी चल अगली वारी भी नरमा च बनाऊंगे यार, बहुत औखा होना पाली, बहुत मिस करूँ मैं तैनूं। सरदार जी, नरमे का तो काम अज निपटा दिया हमने, जीते रहे तो फिर मिलेंगे जाएंगे। बस आज कोई अल्लाह करे जे आ जावे सुना ओदी मां जान कदमा विच तरके वो छल्ला दे गए बूहे रे वतन मांगदा पूरे ते जाना पैंदे पूरे वे गल सुन छल्या ओ लावे कादा पाना अणजान बन दे रे पल विछड़न वाले गल चों नी लंघ दे पे की तो जाके मंगिए सलाह क्यों जाके दुख दसीए जिथे मिल जावे दिल नू सुकून केड़ी दुनिया च जा वसीए जे संभल गया ते मैनू भी तरीका दस दई उंज करनिया बन दिया नहीं तामी करे जे ओड़ी का दस। ओके मैं जो तो वधिया वधिया काले होर किवें भाई? ठीक है तू दस। वधिया ठीक है काले हो? ठीक है हां वधिया हो गया बेला। हां हां वधिया। किवें चुग लिया नरमा तुसी? हां नरमा चुग लिया ही बस, ਤਾਹੀ ਤੇ ਫਿਰ ਬੰਦੇ ਵਿਹਲੇ ਕਰਤੇ ਸੀ ਆਪਾਂ। ਅੱਛਾ ਚਲੋ ਛੱਡਿਆ ਫਿਰ ਉਹਨਾਂ ਨੂੰ? ਹਾਂ ਹਾਂ ਮੈਂ ਛੱਡਿਆ ਸੀ ਉਹਨਾਂ ਨੂੰ। ਅੱਛਾ ਤੇ ਲੈ ਕੇ ਵੀ ਤੂੰ ਹੀ ਆਇਆ ਸੀ? ਹਾਂ ਮੈਂ ਲਿਆ ਸੀ। ਕਿਵੇਂ ਸੀ? ਮੈਂ ਤਾਂ ਤੈਨੂੰ ਐਂ ਐਂ ਜੇ ਕਹਿੰਦਾ ਵੀ ਚੱਲ ਸਾਡੇ ਰਹਿੰਦਾ ਹੀ ਥੋੜਾ ਜਿਹਾ, ਤਾਂ ਉਹਦੇ ਉਹ ਕਾਲੀ ਜੀ ਕਰੀ ਗਏ ਮੇਰੀ ਮਾਂ ਕਰੀ ਗਈ ਚੁੱਕ ਤਾਂ ਲਵਾਂਗੇ। ਤੇ ਮੈਂ ਤੈਨੂੰ ਪਾਲੀ ਬਾਰੇ ਗੱਲ ਕਰਨੀ ਸੀ ਯਾਰ। ਕਿਵੇਂ ਪਾਲੀ? ਕਿਵੇਂ? ਉਹ ਕੁੜੀ ਨੂੰ ਨਾ ਲੈ ਕੇ ਆਉਣਾ ਸੀ ਯਾਰ। ਅੱਛਾ ਜਿਹੜੀ ਉਹਨਾਂ ਨਾਲ ਸੀ ਬਈਆਂ ਨਾਲ? ਮੇਰੇ ਦਿਲ ਨੂੰ ਲੱਗ ਗਈ ਬਈ ਯਾਰ ਉਹ। ਅੱਛਾ ਵਾਹ ਜੀ ਵਾਹ, ਕਿੱਥੇ ਦਿਲ ਲਾ ਲਿਆ? ਬਸ ਅਸੀਂ ਨਰਮਾ ਚੁਗਦੇ ਚੁਗਦੇ ਨੂੰ ਯਾਰ ਆਈ ਵਾਰੀ ਮੈਂ ਨੂੰ ਆਏ ਹੁੰਦਾ ਸੀ ਮੈਂ ਲੈ ਕੇ ਆਵਾਂ ਉਹਨਾਂ ਨੂੰ, ਤਈਓ ਤਾਂ ਮੈਂ ਤੈਨੂੰ ਕਹਿ ਹੁੰਦਾ ਸੀ ਵੀ ਆਹੀ ਬੰਦੇ ਸਾਡੇ ਆਉਣ। ਉਹ ਵੀ ਪਹਿਲਾਂ ਤਾਂ ਗੱਲਾਂ ਇਹ ਕਰਦੀ ਹੁੰਦੀ ਸੀ, ਪਰ ਹੁਣ ਆਹ ਵਾਰੀ ਮੈਨੂੰ ਕਹਿੰਦੀ ਮੇਰਾ ਰਿਸ਼ਤਾ ਕਰਨਗੇ ਕਿਤੇ, ਕਹਿੰਦੀ ਮੇਰੀ ਮਜਬੂਰੀ ਹੈ ਵੀ ਮੇਰੀ ਮਾਂ ਬਿਮਾਰ ਹੈ ਤੇ ਪਿਓ ਮੇਰਾ ਦਾਰੂ ਜੀ ਪੀਂਦਾ। ਹੁਣ ਹੁਣ ਤੂੰ ਸਿੱਧਾ ਦੱਸ ਚਾਹੁੰਦਾ ਕੀ ਹੈ? ਮੈਂ ਤਾਂ ਇਹੀ ਚਾਹੁੰਦਾ ਵੀ ਕਿਵੇਂ ਨਾ ਕਿਵੇਂ ਕਰਕੇ ਯਾਰ ਤੂੰ ਪਾਲੀ ਲੈ ਕੇ ਆ ਦੁਬਾਰੇ। ਇਦਾਂ ਨਹੀਂ ਹੋ ਸਕਦਾ ਯਾਰ। ਕਿਉਂ? ਭਈਆਂ ਦੀ ਯਾਰ ਤੂੰ ਵਿਆਹ ਕੇ ਲਏਗਾ? ਬਾਈ ਯਾਰ ਦਿਲ ਮਿਲਿਆਂ ਦੀਆਂ ਗੱਲਾਂ ਨੇ, ਚਾਹੇ ਭਈਆਂ ਦੀਆਂ ਚਾਹੇ ਕਿੰਨਾ ਦੀਆਂ, ਮੈਨੂੰ ਪਿਆਰ ਹੋ ਗਿਆ ਉਹਦੇ ਨਾਲ। ਸਰੀਕਾ ਕੀ ਕਹੂਗਾ? ਉਹ ਸਰੀਕਾ ਤਾਂ ਕੁਛ ਮਰਜ਼ੀ ਕਹੀ ਜਾਵੇ, ਪਰ ਆਪਾਂ ਤਾਂ ਲੈ ਕੇ ਆਉਣੀ ਹੈ ਬਾਈ। ਹੁਣ ਯਾਰ ਹੈ ਤਾਂ ਕੰਮ ਮੁਸ਼ਕਲ, ਵੈਸੇ ਇੱਕ ਗੱਲ ਹੈ ਉਹਦਾ ਪਿਓ ਵੀ ਸ਼ਰਾਬੀ ਆ ਤੇ ਮਾਂ ਵੀ ਬਿਮਾਰ ਆ, ਪੈਸੇ ਦੀ ਲੋੜ ਹੈ ਉਹਨਾਂ ਨੂੰ। ਪੈਸੇ ਦੀ ਲੋੜ ਆ? ਫਿਰ ਆਪਾਂ ਪੈਸਾ ਦੇ ਦਾਂਗੇ। ਪੈਸਾ ਮੇਰੇ ਹਿਸਾਬ ਨਾਲ ਲੱਖ ਡੂਢ ਲੱਖ ਜਾਂ ਮੰਨ ਜਾਵਾਂਗਾ। ਲੱਖ ਡੂਢ ਲੱਖ? ਕੋਈ ਗੱਲ ਨਹੀਂ ਬਾਈ, ਕਰ ਲਿਆ ਹੀਲਾ? ਕਰ ਲੂ ਹੀਲਾ। ਚੱਲ ਆਪਾਂ ਕਰ ਲਾਂਗੇ ਕੋਸ਼ਿਸ਼, ਤੂੰ ਐਂ ਕਰ ਰੁਪਈਆਂ ਦਾ ਹੱਲ ਕਰ ਲੈ, ਪਿਓ ਦਾ ਉਹਦਾ ਪਤਾ ਹੀ ਆਪਾਂ ਦੇਖਿਆ ਸੀ। ਹੱਲ ਰੁਪਈਆਂ ਦਾ ਨਾ ਤੂੰ ਐਂ ਕਰ ਬਾਈ, ਦਾਰੂ ਦੀ ਮੰਨਿਆ ਜਾਂਦਾ। ਬਸ ਆਹ 10,000 ਰੁਪਏ ਤਾਂ ਬਾਈ ਬਣ ਕੇ ਫੜ ਫੜ ਕੇ ਲਿਆਇਆ ਸੀ ਜੀ ਮੈਂ ਦੁੱਧ ਵਾਲਿਆਂ ਤੋਂ, ਤੇ ਬਾਕੀ ਮੈਂ ਆੜਤੀ ਤੋਂ ਕਰਦਾ ਗੱਲ। ਤੈਨੂੰ ਰੁਪਈਏ ਜਿੰਨੇ ਕਹੇਗਾ ਉਨੇ ਮੈਂ ਹੱਲ ਕਰ ਲੂੰ, ਪਰ ਪਾਲੀ ਆਉਣੀ ਚਾਹੀਦੀ ਆ, ਉਹਦੇ ਬਿਨਾਂ ਨਹੀਂ ਸਰਨਾ। ਉਹ ਜਦ ਰੁਪਈਏ ਆ ਗਏ ਤੂੰ ਕੌਣਾ ਹੈ? ਬਸ ਫਿਰ ਤੂੰ ਉਹਦੇ ਪਿਓ ਕਿਵੇਂ ਮਰਜ਼ੀ ਉਹਨੂੰ ਦਾਰੂ ਦੇ, ਚਾਹੇ ਉਹਨੂੰ ਪੈਸੇ ਫੜਾਇਆ ਉਹਦੀ ਮਾਂ ਦਾ ਇਲਾਜ ਹੋਵੇ ਚਾਹੇ ਕੁਛ ਕਰਨ, ਪਰ ਪਾਲੀ ਲੈ ਕੇ ਬਾਈ ਬਣ ਕੇ ਇੱਕ ਵਾਰੀ। ਬਸ ਰੁਪਈਏ ਦਾ ਹੱਲ ਕਰ ਲੈ, ਪਾਲੀ ਦਾ ਆ ਗਈ ਸਮਝ ਲੈ। ਕਰਾਂ ਫਿਰ ਮੈਂ ਵਿਆਹ ਦੀਆਂ ਤਿਆਰੀਆਂ? ਵਿਆਹ ਦੀਆਂ ਤਿਆਰੀਆਂ ਤੂੰ ਕਰ ਲੈ, ਬੇਬੇ ਮੰਨ ਜੂ? ਬੇਬੇ ਤਾਂ ਮੰਨ ਜੂ ਕੋਈ ਨਹੀਂ, ਬੇਬੇ ਦਾ ਆਪੇ ਮੰਨ ਜੂ ਜਦੋਂ ਪਾਲੀ ਲਿਆ ਕੜਾਈ ਬਾਹਰ ਚ। ਹਾਂ ਥੋੜਾ ਮੋਟਾ ਤਾਂ ਕਲੇਸ਼ ਤਾਂ ਉਹਨੂੰ ਪਤਾ ਫਿਰ ਕਰਨਾ ਹੀ ਆ। ਚੱਲ ਫਿਰ ਮੈਂ ਕਰਦਾ ਤਿਆਰੀਆਂ, ਠੀਕ ਹੈ? ਕੋਈ ਗੱਲ ਨਹੀਂ, ਤੇਰਾ 10 ਆ ਗਿਆ,
खरा ये बाकी तू ए कर छेती कर ली हाले कोई पता ही नहीं होंगे रिश्ता ओदा चली जांदा है ना रिश्ता चली जांदा कुछ मर्जी बस भाई बन के तू छेती जाई आपां छेती लेके आनी कोई ना कोई नंबर है मैं उस बोड़े नु मारूंगा अज फोन हां कदे मैं पैसे लेके आऊंगा ਤੇ ਮਾੜੀ ਜਿਹੀ ਜ਼ਰੂਰੀ ਗੱਲ ਕਰਨੀ ਤੇ ਭਾਈ ਬਣੇ ਜਾ ਕੇ ਥਾਂ ਹੀ ਰੋਕ ਦੇ ਗੱਲ ਕੋਈ ਗੱਲ ਨਹੀਂ ਮੈਂ ਉਹ ਵਿਆਹ ਨਹੀਂ ਹੋਣਾ ਚਾਹੀਦਾ ਬਸ ਵਿਆਹ ਕਿਉਂ ਇੱਥੇ ਹੀ ਆਵੇ ਤੂੰ ਵਧੀਆ ਮੌਕੇ ਤੇ ਆ ਗਿਆ ਕੋਈ ਪਤਾ ਹੀ ਨਹੀਂ ਰਿਸ਼ਤੇ ਦੀ ਗੱਲ ਚੱਲੀ ਜਾਂਦੀ ਆ ਹੁਣ ਨੂੰ ਕਾਹ ਨਿਕਲ ਜਾਂਦਾ ਹੈਗਾ ਮਹੱਤ ਚ ਫਿਰ ਔਖਾ ਹੋ ਜਾਂਦਾ ਇਹ ਗੱਲ ਵੀ ਤੇਰੀ ਹੈਗੀ ਚੱਲ ਫਿਰ ਮੈਂ ਜਾਣਾ ਬਾਣੀਆਂ ਕੋਲ ਚੰਗਾ ਕਰ ਲੈ ਪੈਸੇ ਦਾ ਹੱਲ ਕਰ ਲੈ ਮੈਂ ਤੇਰੇ ਕੋਲ ਨਾ ਚੱਕ ਕੇ ਬਸ ਪੈਸਾ ਲਿਆ ਦਣਾ ਭਾਈ ਬਣ ਕੇ ਕੋਈ ਗੱਲ ਨਹੀਂ ਚੰਗਾ ਠੀਕ ਹੈ ਚੱਲ ਹਾਂ ਮੈਂ ਕਰਦਾ ਹਰੀਏ ਨੂੰ ਫੋਨ ਅੱਜ ਹਾਂ ਕਰ ਲੈ ਗੱਲ ਦੱਸ ਦੇ ਮੈਨੂੰ ਫੋਨ ਕਰਕੇ ਠੀਕ ਆ ਠੀਕ ਆ दो तीन चार पांच कुलदीप हाँ भाई आ दस हजार रुपया ये सामने यार बैठे आ कितने दे वो नंबर तेरा ना काला है सी मैंने बाली लिया कि जरा भैया ना आई सी अच्छा अच्छा ठीक है उन्होंने तो आप दारू की बोतल दी मना लागे हो आ सामने सामने क्या स्प्रे वाले का फोन आया सी मैं जाके फटाई होना फिर तो वधिया सर गया हाँ सामने चल ठीक है फिर फटा ही होना मैं जाके चल फटाया ਕਰਦਾ ਚੱਲ ਲਿਆ ਦਿੰਦੇ ਹਾਂ ਬਾਲੀ ਦਾ ਲਿਆ ਦਿੰਦੇ ਅਗਲੇ ਨੇ ਮਨ ਕਰਕੇ ਕਿਹਾ ਚੱਲ ਕੋਈ ਉਹਨੂੰ ਵਿੱਚੋਂ ਹੋਰ ਬਣਾ ਲਾਂਗੇ ਉਹਦਾ ਬੋਤਲ ਦਾ ਹੀ ਮੰਨ ਜੂ ਫਰੀਆ ਚਲੋ ਵਧੀਆ ਇਹ ਵੀ ਉਹ ਮੁੰਡਾ ਜਾ ਵੀ ਪਤਾ ਨਹੀਂ ਕਿੱਧਰ ਗਿਆ ਜੇ ਮੈਂ ਪੁੱਛਾਂ ਮੈਨੂੰ ਕੁਛ ਦੱਸਿਆ ਨਹੀਂ ਕਹਿੰਦਾ ਮੰਮੀ ਕੰਮ ਜਾਣਾ ਵੀ ਇਹ ਜਿਹਾ ਕੋਈ ਕਿਹੜਾ ਕੰਮ ਹੋ ਗਿਆ ਜਿਹੜਾ ਮੈਨੂੰ ਨਹੀਂ ਦੱਸਣ ਵਾਲਾ ਹੈਗਾ ਸੀ ਕੱਲ੍ਹ ਦਾ ਗਿਆ ਲੈ ਦੱਸ ਕੇ ਤਾਂ ਵਗ ਜਾਂਦਾ ਕਰੇ ਸੋਚ ਤਾਂ ਹੁੰਦੀ ਹੈ ਮਗਰ ਵੀ ਪਤਾ ਨਹੀਂ ਕਿੱਥੇ ਗਿਆ ਕੀ ਕਰਦਾ ਫਿਰਦਾ ਰਹਿੰਦਾ ਉਹਦਾ ਵੀ ਮੈਨੂੰ ਪੇ ਤੇ ਨਹੀਂ ਆਇਆ ਹੈਗਾ ਦੱਸਦਾ ਕਿਹੜਾ ਹੈਗਾ ਸਾਰਾ ਦਿਨ ਚੁੱਪ ਚੁਪੀਤਾ ਜਾ ਫਿਰਦਾ ਰਹਿੰਦਾ ਪਤਾ ਨਹੀਂ ਟਾਏ ਜਾਣੇ ਨੂੰ ਇਹੋ ਜਿਹਾ ਕੀ ਹੋ ਰਿਹਾ ਗੁੰਮ ਸੁੰਮ ਜਾ ਰਹਿੰਦਾ ਸੋਚ ਲੱਗੀ ਪਈ ਹੈ ਮੈਨੂੰ ਤਾਂ ਮੈਂ ਕਰਦੀ ਹਾਂ ਇਹਦੇ ਮਾਮੇ ਨਾਲ ਕਰਦੀ ਹਾਂ ਗੱਲ ਵੀ ਭਾਈ ਕੋਈ ਕੁੜੀ ਕਾੜੀ ਦੇਖ ਆਈਏ ਕੋਈ ਇਹਦਾ ਰਿਸ਼ਤਾ ਹੀ ਕਰ ਦਈਏ ਘਰੇ ਟਿਕੇ ਜਾਵੇ ਫਿਰ ਨਹੀਂ ਤਾਂ ਘਰੇ ਖੜਦਾ ਹੀ ਨਹੀਂ ਹੈਗਾ ਇਹ ਚੱਲ ਇਹ ਗੱਲ ਠੀਕ ਹੈ ਕਰਦੀ ਹਾਂ ਮੈਂ ਫੋਨ ਆਏ ਹਾਏ ਪਹਿਲਾਂ ਭਾਂਡੇ ਜੇ ਮਾਂਜਾ ਆ ਮਨ ਕਰੇ ਮੁੰਡਾ ਹੀ ਆ ਗਿਆ ਬੋ ਮਰ ਜਾ ਇਹ ਕੌਣ ਬੈਠੀ ਹੈ ਤਾਂ ਨਾਲ ਕਿਸੇ ਨੂੰ ਲਈ ਫਿਰਦਾ ਦੇਖਦੀ ਹਾਂ ਪਤਾ ਮੈਂ ਵਗ ਗਿਆ ਸੀਗਾ ਤੇਰੀ ਨੂੰਹ ਲੈਣ ਆ ਦੇਖ ਵਿਆਹ ਲਿਆਂਦੀ ਫਿਰ ਤੁਸੀਂ ਤਾਂ ਕਹਿੰਦੇ ਸੀ ਨੂੰਹ ਦੇਖ ਲੈ ਹੁਣ ਕੌਣ ਹੈ ਤੇ ਇਹ ਤਾਂ ਮੈਨੂੰ ਪਾਲੀ ਲੱਗਦੀ ਹੈ ਪਾਲੀ ਤੂੰ ਬੇ ਤੈਨੂੰ ਸ਼ਰਮ ਨਹੀਂ ਆਈ ਹੈਗੀ ਇਹੋ ਜਿਹਾ ਕੰਮ ਕਰਦੇ ਨੂੰ ਜਿਹੜੀ ਗੱਲ ਦਾ ਮੈਨੂੰ ਡਰ ਸੀ ਨਾ ਉਹੀ ਪੂਰੀ ਕਰਤੀ ਤੈਂ ਚਾੜਤਾ ਚੰਦ ਤੈਂ ਉਹ ਲੈ ਇਹਦੇ ਚ ਕਾਹਦੀ ਸ਼ਰਮ ਹੈ ਹੁਣ ਵਿਆਹ ਲਿਆਂਦੀ ਨਾਲੇ ਮੈਂ ਨੂੰਹ ਇਸ ਕਰ ਦੀ ਹੁਣ ਵੇ ਰੁੜ ਜਾਣਾ ਕੁਛ ਤਾਂ ਦੇਖਦਾ ਤੂੰ ਹੈ ਕਿੰਨਾ ਸੋਹਣਾ ਸੁਨੱਖਾ 5-6 ਕਿੱਲਿਆਂ ਦਾ ਮਾਲਕ ਹੈ ਤੈਨੂੰ ਰਿਸ਼ਤਿਆਂ ਦਾ ਘਾਟਾ ਸੀਗਾ ਇਹ ਬਿਹਾਰ ਨੂੰ ਚੱਕ ਲੈਂਦਾ ਤੈਂ ਕੋਈ ਨਾ ਇਹ ਕਿਹੜਾ ਬੰਦੇ ਨਹੀਂ ਹੈਗੇ ਚੱਕ ਲੈਂਦਾ ਬਿਹਾਰ ਨੂੰ ਬੇਇੱਜ਼ਤੀ ਨਾ ਕਰਨ ਸਰੀਕੇ ਕਬੀਲੇ 'ਚ ਨੱਕ ਵਡਾਤੀ ਮੇਰੀ ਹਜੇ ਕਹਿੰਦਾ ਬੇਇੱਜ਼ਤੀ ਨਾ ਕਰ ਉਹ ਨੱਕ ਵਡਾਤੀ ਇਹਦੀ ਗਾਂ ਦੀ ਮੇਰੀ ਗੱਲ ਸੁਣ ਨਰਮਾ ਤਾਂ ਇਹਦਾ ਚੁਗਿਆ ਨਹੀਂ ਜਾਂਦਾ ਖਵਾਊ ਤੈਨੂੰ ਇਹ ਗੁਲਗਲੇ ਕੋਈ ਨਾ ਹੁਣ ਨਰਮਾ ਚੁਗਣ ਦੀ ਲੋੜ ਨਹੀਂ ਇਹਨੂੰ ਘਰ ਦੀ ਮਾਲਕਣ ਹੈ ਇਹ ਹੋਰ ਮਾਲਕਣਾ ਘਰ ਦੀ ਕਿਉਂ ਕੀ ਗੱਲ ਇਹ ਕਾਦੀ ਘਰ ਦੀ ਮਾਲਕਣ ਹੋ ਗਈ ਭਈ ਯਾਰਾਂ ਨਹੀਂ ਕਿਸੇ ਥਾਂ ਦੀ ਬੇਬੇ ਵੱਧ ਨਾ ਬੋਲ ਵਿਆਹ ਕੇ ਲਿਆਇਆ ਮੈਨੂੰ ਠੀਕ ਹੈ ਪਹਿਲਾ ਦਿਨ ਹੈ ਬਿਹਾਰ ਤਾਂ ਕੀ ਕਰਨੇ ਸੀ ਗਲ ਪੈ ਗਈ ਆਇਆਂ ਦੇ ਤੂੰ ਵਿਆਹ ਕੇ ਲਿਆਇਆ ਹੋਣਾ ਮੈਂ ਨਹੀਂ ਇਹਨੂੰ ਆਪਦੀ ਨੂੰਹ ਮੰਨਦੀ ਹੈਗੀ ਲਿਆਇਆ ਤੂੰ ਵਿਆਹ ਕੇ ਬੇਪੱਤਾ ਮੈਂ ਤਾਂ 100-100 ਚਾ ਲਈ ਬੈਠੀ ਸੀ ਆਪਦੇ ਮਨ ਚ ਹੈ ਸਾਰੇ ਸਰੀਕੇ ਕਬੀਲੇ ਨੂੰ ਬੁਲਾਉਂਦੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਨਾਲੇ ਤੇਰੇ ਮਾਮੇ ਹੋਰਾਂ ਕੀ ਕਹਿਣਗੇ ਦੇਖੀ ਤੇਰੀ ਬੋਦੀਆਂ ਪੱਟਣਗੇ ਉਹ ਮਾਮੇ ਹੋਰਾਂ ਨੂੰ ਬੜਾ ਮੈਂ ਉਹ ਕਰਨਾ ਚੱਲ ਐ ਕਰ ਪਾਲੀ ਚੱਲ ਤੂੰ ਅੰਦਰ ਬੈਠ ਆਉਣਾ ਮੈਂ ਉਹੀ ਨੇ ਬੇਬੇ ਦਿਮਾਗ ਖਾਈ ਜਾ ਠੀਕ ਹੈ ਜਿਹੜੀ ਗੱਲ ਹੋਣੀ ਸੀ ਤਾਂ ਹੋ ਗਈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਮੈਂ ਲੈ ਕੇ ਆਉਣਾ ਵਿਆਹ ਕੇ ਆਪਦੀ ਪਸੰਦ ਟੱਟੋ ਗੱਟੀ ਮੇਰੀ ਰਹਿਤਾ ਲੈ ਲੈਂਦਾ ਬੇ ਮੈਨੂੰ ਪੁੱਛ ਤਾਂ ਲੈਂਦਾ ਹੈ ਮੈਂ ਤਾਂ ਤੇਰੇ ਮਾਮੇ ਹੋਰਾਂ ਨਾਲ ਫੋਨ ਕਰਦੀ ਫਿਰਦੀ ਆ ਮਹਾਂ ਲੈ ਉਹਨਾਂ ਨੂੰ ਕਹਿੰਨੀ ਆ ਹੈ ਮਾਮੇ ਹੋਰਾਂ ਨੇ ਪਹਿਲਾਂ ਨਾ ਕਰਾਤਾ ਕਿੰਨੇ ਸਾਲ ਹੋ ਗਏ ਹੁਣ ਆ ਗਏ ਮਾਮੇ ਹੋਰੀ ਛੇਤੀ ਪਹਿਲਾਂ ਕਰਾਉਣ ਨੂੰ ਕਰਾਉਂਦੇ ਗੱਲਬਾਤ ਚੱਲੀ ਜਾਂਦੀ ਹੈ ਗੱਲਬਾਤ ਚੱਲੀ ਜਾਂਦੀ ਫੇਰ ਕੀ ਹੋ ਗਿਆ ਗੱਲ ਨਾਲ ਕਦੇ ਬੇਰ ਪੱਕਦੇ ਹੁੰਦੇ ਨੇ ਉਹ ਹੁਣ ਵਿਆਹ ਹੋ ਗਿਆ ਲੈ ਆਂਦੀ ਘਰੇ ਬਸ ਉਹੀ ਨਾ ਕਲੇਸ਼ ਕਰੀ ਜਾਓ ਆਪਦੀ ਮਰਜ਼ੀ ਪਗਾਈ ਜਾਇਆ ਕਰ ਨਾ ਮੈਂ ਘਰ ਚ ਰਹਿੰਦੀ ਨਹੀਂ ਮੜਾ ਮੋਟਾ ਪੁੱਛਣ ਦਾ ਤਾਂ ਹੱਕ ਬਣਦਾ ਸੀ ਤੂੰ ਤਾਂ ਮੈਨੂੰ ਪੁੱਛਣਾ ਕੀ ਤੂੰ ਤਾਂ ਮੈਨੂੰ ਦੱਸ ਕੇ ਵੀ ਨਹੀਂ ਗਿਆ ਹੈਗਾ ਜ਼ਿੰਦਗੀ ਅਸੀਂ ਦੋਹਾਂ ਨੇ ਕੱਟਣੀ ਹੈ ਠੀਕ ਹੈ ਮੈਂ ਉਹਨੂੰ ਆਪਦੀ ਪਸੰਦ ਨਾਲ ਲਿਆ ਆ ਬਸ ਉਹਨੂੰ ਵੱਧ ਘੱਟ ਨਾ ਬੋਲ ਹੁਣ ਜੇ ਉਹਦੇ ਨਾਲ ਕਲੇਸ਼ ਕਰਾਂਗੇ ਤਾਂ ਫਿਰ ਅਸੀਂ ਦੋਨੋਂ ਕਿਤੇ ਬਾਹਰ ਵਗ ਜਾਾਂਗੇ ਬਸ ਪਹਿਲੀ ਸਿੱਸਾ ਦਿਖਾਤਾ ਮੈਨੂੰ ਤਾਂ ਵੀ ਮਾਂ ਨੂੰ ਨਾ ਕਿਤੇ ਰੋਟੀ ਦੇਣੀ ਪੈ ਜੇ ਪਹਿਲੀ ਕਹਤਾ ਸੀ ਬਾਹਰ ਵਗ ਜਾਾਂਗੇ ਫਿਰ ਤੂੰ ਹੁਣ ਲੱਗੀ ਬੇਬੇ ਤਾਂ ਇੰਨਾ ਜਾਨੀ ਉਹ ਆਉਂਦੀ ਨਾਲ ਲੜਨ ਲੱਗੀ ਕਿੱਥੇ ਤੂੰ ਹਾਂ ਪਾਣੀ ਲੈ ਕੇ ਖੜਦੀ ਵੀ ਹਾਂ ਮੇਰਾ ਪੁੱਤ ਵਿਆਹ ਕੇ ਲਿਆ ਤਾਰਦੀ ਆ ਮੈਂ ਤੁਹਾਡੀ ਆਰਤੀ ਕੀ ਗੱਲ ਆ ਕੋਈ ਨਾਮ ਜਿੱਤ ਕੇ ਲਿਆ
ਨਾਮ ਜਿੱਤ ਕੇ ਲੈ ਤੇ ਹੋਰ ਕੀ ਹੁਣ ਵਿਆਹ ਤੋਂ ਬਾਅਦ ਤਾਂ ਹੀ ਕਰਦੀ ਹੁੰਦੇ ਨੇ ਵਿਆਹ ਜਦੋਂ ਆਮ ਪੁੱਤ ਵਿਆਹ ਕੇ ਦੱਬ ਦੇ ਲੱਤਾਂ ਥੱਕ ਗਈ ਹੋਣੀ ਵਿਚਾਰੀ ਐਡੀ ਦੂਰੋਂ ਬਿਹਾਰ ਤੋਂ ਆਈ ਹੈ ਨਾ ਜਾ ਕੋਈ ਨਾ ਉਹਦਾ ਮੈਂ ਸੇਵਾ ਕਰਦੇ ਹੈਗਾ ਉਹਨੂੰ ਨਾ ਵੱਧ ਘੱਟ ਬੋਲੀ ਹੁਣ ਨਹੀਂ ਮੈਥੋਂ ਬੜਾ ਕੋਈ ਨਹੀਂ ਵੱਧ ਘੱਟ ਨਾ ਬੋਲੀ ਬੂਲਾ ਦੇਖ ਲੈ ਆਹ ਮੁੰਡੇ ਜੀ ਨੇ ਤਾਂ ਨਾ ਜਮੀ ਨੱਕ ਵਡਾ ਕੇ ਰੱਖਤਾ ਸਾਰੇ ਸਰੀਕੇ ਕਬੀਲੇ 'ਚ ਮੈਂ ਕਿਸੇ ਮੂਹਰੇ ਬੋਲਣ ਜੋਗੀ ਨਹੀਂ ਛੱਡੀ ਕੋਈ ਨਾ ਇਹਨੂੰ ਤਾਂ ਨਹੀਂ ਮੈਂ ਇੱਥੇ ਰਹਿਣ ਦੇਣਾ ਹੈਗਾ ਲਿਆ ਇਹ ਜਿਹਨੂੰ ਚੌੜਾ ਹੋ ਕੇ ਇਹਨੂੰ ਵੀ ਨਹੀਂ ਸ਼ਰਮ ਆਈ ਹੈਗੀ ਨਰਮਾ ਚੁਗਦੀ ਚੁਗਦੀ ਇੱਥੇ ਬਣਦੀ ਹੈ ਮਹਾਰਾਣੀ ਮੈਂ ਬਣਾਉਂਦੀ ਹਾਂ ਇਹਨੂੰ ਖਵਾਉਂਦੀ ਹਾਂ ਮੈਂ ਇਹਨੂੰ ਪੂੜੇ ਮੇਰੀ ਕੁਛ ਲੱਗਦੀ ਨੂੰ ਘਰੋਂ ਨਾ ਕੱਢਿਆ ਨਾ ਤਾਂ ਮੈਨੂੰ ਵੀ ਪ੍ਰੀਤੋ ਕਿਹਨੇ ਕਹਿਣਾ ਪਾਲੀ ਕਿਸੇ ਗੱਲ ਦਾ ਗੁੱਸਾ ਨਾ ਕਰੀ ਵੀ ਆ ਮੇਰੀ ਬੇਬੇ ਐਵੇਂ ਬੋਲਦੀ ਸੀ ਇਹਦਾ ਤਾਂ ਸੁਭਾਅ ਹੀ ਆਏ ਹਾਂ ਇਹ ਤਾਂ ਨਾਲੇ ਆਪਣੇ 'ਤੇ ਪਹਿਲੀ ਨਹੀਂ ਰਾਜੀ ਸੀ ਇਹਨੂੰ ਤਾਂ ਇਹ ਸੀ ਵੀ ਮੈਂ ਆਪਦੇ ਭਰਾ ਨੂੰ ਕਿਹਾ ਵੀ ਉਹ ਰਿਸ਼ਤਾ ਕਰਾਊਗਾ ਤਾਂ ਫਿਰ ਵਿਆਹ ਹੋਵੇ ਪਰ ਮੈਨੂੰ ਐਂ ਨਹੀਂ ਪਸੰਦ ਯਾਰ ਵੀ ਜਿਹੜੀ ਕੁੜੀ ਨੂੰ ਮੈਂ ਜਾਣਦਾ ਨਹੀਂ ਉਹਦੇ ਨਾਲ ਵਿਆਹ ਹੋ ਜੇ ਵੇਖ ਤੂੰ ਪਸੰਦ ਸੀ ਤਾਂ ਤੈਨੂੰ ਮੈਂ ਇੱਥੇ ਲੈ ਕੇ ਆਇਆ ਤਾਂ ਤੇਰੇ ਨਾਲ ਵਿਆਹ ਕਰਵਾਇਆ ਤੂੰ ਦੱਸ ਤੂੰ ਖੁਸ਼ ਹੈ ਨਾ ਹੁਣ ਇੱਥੇ ਤੈਨੂੰ ਕੋਈ ਟੈਨਸ਼ਨ ਤਾਂ ਨਹੀਂ ਸਰਦਾਰ ਜੀ ਆਪਕੇ ਸਾਥ ਮੈਂ ਬਹੁਤ ਖੁਸ਼ ਸੀ ਲੇਕਿਨ ਜਬ ਆਪਕੀ ਮੰਮੀ ਨੇ ਇਤਨਾ ਕੁਛ ਬੋਲਾ ਤਾਂ ਮੁਝੇ ਬਿਲਕੁਲ ਅੱਛਾ ਨਹੀਂ ਲੱਗਾ ਮੁਝੇ ਨਹੀਂ ਲੱਗਦਾ ਕਿ ਆਪਕੀ ਮੰਮੀ ਖੁਸ਼ ਹੈ ਕੋਈ ਨਾ ਮੰਮੀ ਦੀ ਟੈਨਸ਼ਨ ਨਾ ਲੈ ਤੂੰ ਇਹ ਤਾਂ ਇੱਕ ਦੋ ਦਿਨਾਂ ਵਿੱਚ ਹੌਲੀ ਹੌਲੀ ਸੁਭਾਅ ਪੈ ਜਾਂਦਾ ਉਹ ਜਿਹੀ ਹੋ ਜੂਗੀ ਘੇਰਾ ਤੈਨੂੰ ਗੁੱਸਾ ਲੱਗਦਾ ਵੀ ਚੱਲ ਹਾਂ ਆਂਢ ਗੁਆਂਢ ਵਾਲੇ ਮਾੜਾ ਮੋਟਾ ਹੱਸਣਗੇ ਜਾਂ ਇਹਨੂੰ ਕਹਿਣਗੇ ਪਰ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਵਾਸਤੇ ਕੁਛ ਖਾਣ ਨੂੰ ਲੈ ਕੇ ਨਾ ਤੂੰ ਰੈਸਟ ਕਰ ਥੱਕ ਗਈ ਹੋਏਂਗੀ ਚੰਗਾ ਮੈਂ ਆਉਣਾ ਠੀਕ ਹੈ ਸਰਦਾਰ ਜੀ ਮੁਝੇ ਤਾਂ ਐਸਾ ਲੱਗਦਾ ਕਿ ਮੈਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ ਦੇਖ ਲੈ ਕਿਵੇਂ ਬੈਠੀ ਹੈ ਮਹਾਰਾਣੀ ਬਣੀ ਨਾ ਹੈ ਨੀ ਤੂੰ ਤਾਂ ਪੋਰਾ ਸ਼ਰਮ ਕਰ ਲੈਂਦੀ ਚੱਲ ਮੇਰੇ ਮੁੰਡੇ ਨੇ ਤਾਂ ਨਹੀਂ ਸ਼ਰਮ ਕਰੀ ਨਾ ਤੈਨੂੰ ਨੀ ਸ਼ਰਮ ਆਈ ਹੈਗੀ ਚੱਕ ਕੇ ਬੁੱਥਾ ਤੁਰੀ ਉਰੇ ਮੰਮੀ ਜੀ ਜਹਾਂ ਨਾ ਮੇਰੀ ਮਜਬੂਰੀ ਸੀ ਸਵਾ ਮਜਬੂਰੀ ਸੀ ਜਾਣਦੀ ਆ ਮੈਂ ਤੇਰੀ ਕੀ ਮਜਬੂਰੀ ਸੀ ਆ ਦਿੰਦੇ ਨੇ ਤੈਨੂੰ ਲੋਟ ਆਹੀ ਮਜਬੂਰੀ ਹੈ ਤੇਰੀ ਵੀ ਕਿੱਥੇ ਤਾਂ ਮੈਂ ਨਰਮਾ ਚੁਗਦੀ ਫਿਰਦੀ ਆ ਕਿੱਥੇ ਮੌਜਾਂ ਨਾਲ ਮੈਂ ਐਸਾ ਕਰੂੰਗੀ ਹੈ ਮੰਮੀ ਆਪ ਐਸਾ ਕਿਉਂ ਸੋਚ ਰਹੇ ਹੋ ਐਸੀ ਕੋਈ ਵੀ ਬਾਤ ਨਹੀਂ ਮੰਮੀ ਮੈਂ ਆਪਕੇ ਲਈ ਕੁਝ ਬਣਾਉ ਬਸ ਰਹਿਣ ਦੇ ਮੈਂ ਨਹੀਂ ਤੇਰੇ ਹੱਥ ਦਾ ਖਾਂਦੀ ਹਾਂ ਬੰਨੇ ਤੇਰੇ ਮੂਹਰੇ ਦੋ ਹੱਥ ਮੇਰੇ ਵਾਸਤੇ ਕੁਛ ਵੀ ਤੈਨੂੰ ਬਣਾਉਣ ਦੀ ਲੋੜ ਨਹੀਂ ਹੈਗੀ ਤੁਰਦੇ ਨੇ ਮੇਰੇ ਹੱਥ ਪੈਰ ਮੈਂ ਬਣਾ ਕੇ ਖਾ ਸਕਦੀ ਹਾਂ ਠੀਕ ਹੈ ਮੰਮੀ ਆਪ ਐਸਾ ਕਿਉਂ ਸੋਚ ਰਹੇ ਹੋ ਐਸਾ ਕੁਛ ਵੀ ਨਹੀਂ ਹੈ ਮੰਮੀ ਮੈਂ ਆਪਕੇ ਲਈ ਕੁਛ ਖਾਣੇ ਕੋ ਬਣਾਉ ਬਸ ਰਹਿਣ ਦੇ ਮੈਂ ਤਾਂ ਤੇਰੇ ਹੱਥ ਦਾ ਪਾਣੀ ਵੀ ਨਾ ਪੀਵਾਂ ਤੂੰ ਖਾਣ ਦੀ ਗੱਲ ਕਰਦੀ ਹੈ ਨਾ ਮੈਨੂੰ ਐਂ ਦੱਸ ਤੂੰ ਇੱਥੇ ਅੰਬ ਲੈਣ ਆਈ ਹੈ ਉਹ ਬਿਹਾਰ 'ਚ ਤੇਰੇ ਵਾਸਤੇ ਕੋਈ ਰਿਸ਼ਤਾ ਹੋਰ ਉੱਥੇ ਮਿਲਿਆ ਨਹੀਂ ਹੈਗਾ ਤੈਨੂੰ ਮੰਮੀ ਅਬ ਤੋਂ ਮੁਝੇ ਵੀ ਲੱਗ ਰਿਹਾ ਕਿ ਮੈਂ ਬਹੁਤ ਬੜੀ ਗਲਤੀ ਕਰ ਚੁੱਕੀ ਹਾਂ ਹੋਰ ਗਲਤੀ ਉਹ ਕਰੀਏ ਤਾਂ ਹੋਰ ਕਿਤੇ ਚੰਗਾ ਕਰਿਆ ਇਹ ਨਾ ਤੈਨੂੰ ਕਿਹਨੇ ਕਿਹਾ ਸੀ ਉਰੇ ਆਉਣ ਨੂੰ ਚੁਗਦੀ ਚੁਗਦੀ ਨਰਮਾ ਕਿੱਥੇ ਆਈ ਹੈ ਉਰੇ ਜੇ ਐ ਪਤਾ ਹੁੰਦਾ ਮੈਂ ਕਾਹਨੂੰ ਤੈਨੂੰ ਉਦੋਂ ਬੁਲਾਉਂਦੀ ਮੈਨੂੰ ਕਿਹੜਾ ਪਤਾ ਸੀ ਮੈਂ ਆਪਦੇ ਪੈਰਾਂ ਤੇ ਆਪ ਕਹਾੜਾ ਮਾਰਨ ਲੱਗੀ ਆ ਆ ਗਈ ਉਰੇ ਮਹਾਰਾਣੀ ਬਣਾਉ ਇਹ ਪਰੌਂਠੇ ਹੇ ਭਗਵਾਨ ਇਹ ਮੁਝੇ ਕੌਣ ਸੇ ਜਨਮੋਂ ਕੀ ਸਜ਼ਾ ਦੇ ਰਹਾ ਹੈ ਤੂੰ इसको देखती हूँ ये क्या करता है कब से गया है देखो तो सही क्या काम कर रहा है नहीं किधर चक्के बुथा होना किधर जानी है मैं उसे देख कर आ रही हूँ क्या कर रहा है ले कहिंदी उसे देख कर आनी हूँ काम नहीं करना धंधा नहीं करना मैडम ने देखी किन्ना भांडे का टोकरा पे भी तू भांडे तो मांज दे वेली तुरन आके ओनू देख के आनी हाँ कख कंडा वह पाँदा डंगर पशुओं का वह करता हूं तो मुंडा जा भी ना ਐਂ ਲੋਟ ਆਏ ਜੇ ਮੈਂ ਕਹਿ ਦਿੰਦੀ ਮੇਰੇ ਭੋਰਾ ਨਹੀਂ ਆਖੇ ਲੱਗਦਾ ਸੀ ਹੁਣ ਦੇਖ ਲੈ ਇਹਦੇ ਮੂਹਰੇ ਮੂਹਰੇ ਕਿਵੇਂ ਪਾਣੀ ਫਿਰ ਭਰਦਾ ਫਿਰਦਾ ਹੈਗਾ ਚੱਲ ਕੋਈ ਨਾ ਆ ਜਾਂਦੇ ਉਹਨੂੰ ਮੁੰਡੇ ਨੂੰ ਮੈਂ ਲਾਉਂਦੀ ਉਹਦੀ ਕਲਾਸ ਵੀ ਹੁਣ ਆਇਆ ਸਵਾਦ ਤੈਨੂੰ ਵਿਆਹ ਕਰਾ ਕੇ ਓਕੇ ਪਾਲੀ ਨਾਲ ਕਰਾਊ ਮੈਂ ਪਾਲੀ ਨਾਲ ਬੇ ਰੁੜ ਜਾਣਿਆ ਕਿੱਥੇ ਕੋਈ ਆਪਦੀ ਪਸੰਦ ਦੀ ਲਿਆਂਦੇ ਦੇਖ ਕੇ ਹੈ ਅੱਗੇ ਘਰਾਣੇ ਦੀ ਧੀ ਦੀ ਨਿਸ਼ਾਨੀ ਅੱਡ ਹੁੰਦੀ ਹੈ ਆਹ ਚੱਕ ਲਿਆ ਭਈਆ ਰਾਣੀ ਸਾਰਾ ਦਿਨ ਉਹਦੇ ਮੂਹਰੇ ਮੂਹਰੇ ਪਾਣੀ ਭਰਦਾ ਫਿਰਦਾ ਰਹਿੰਦਾ ਹੈਗਾ ਕੋਈ ਨਾ ਜੇ ਕੋਈ 19 ਹੋ ਵੀ ਜਾਵੇ ਜਵਾਕ ਤੋਂ ਤਾਂ ਫਿਰ ਉਹਦੇ ਮਾਂ ਪਿਓ ਨੂੰ ਦੱਸ ਤਾਂ ਦਈਏ ਹੁਣ ਐਡੀ ਦੂਰ ਦੱਸ ਕੌਣ ਦੱਸ ਕੇ ਆਊ ਕੌਣ ਲਾਊ ਸੁਨੇਹਾ ਇਹਦੇ ਪਿਓ ਨੂੰ ਮਾਂ ਆਊ ਬਿਮਾਰ ਰਹਿੰਦੀ ਆ ਕਿ ਮੇਰੀ ਮਾਂ ਬਿਮਾਰ ਰਹਿੰਦੀ ਹੈਗੀ ਪਿਓ ਆਊ ਸ਼ਰਾਬੀ ਹੈ ਕੌਣ ਆਊਗਾ ਉਰੇ ਇਹਦੇ ਕੋਲੇ ਵੀ ਜੇ ਕੋਈ 19 ਦੀ ਗੱਲ ਹੋ ਜੇ ਚੱਲ ਦੇਖੀ ਜਾਊ ਕੀ ਬਣੂਗਾ ਆਣ ਦਿਓ ਮੁੰਡੇ ਜੇ ਨੂੰ ਕਲਾਸ ਤਾਂ ਉਹਦੀ ਮੈਂ ਲਾਊਂਗੀ ਵੀ ਹੁਣ ਰਿਹਾ ਚੰਗਾ ਆਇਆ ਸਵਾਦ ਤੈਨੂੰ ਕਿੰਨਾ ਭਾਂਡਿਆਂ ਦਾ ਢੇਰ ਲੱਗਿਆ ਪਿਆ ਮੈਂ ਨੌਕਰ ਹਾਂ ਇਹਨਾਂ ਦੇ ਮੂਹਰੇ ਕਰੀ ਜਾਵਾਂ ਲੋਹੇ ਦੀ ਬਣੀ ਆ ਜਣੋ ਮੈਂ ਉਹ ਪਤਾ ਨਹੀਂ ਕਿੱਧਰ ਰਹਿ ਗਈ ਐ ਨਹੀਂ ਮਾੜਾ ਮੋਟਾ ਕੰਮ ਕਰਾ ਦਾਂ ਕਬ ਸੇ ਆਏ ਹੋ ਕਿਆ ਕਰ ਰਹੇ ਹੋ ਉਹ ਸੰਨੀ ਪਾਈ ਨਹੀਂ ਮੈਂ ਸਾਨੂੰ ਉਹ ਪਾਣੀ ਪਿਉਣਾ ਸੀ ਮੇਰੇ ਨਾਲ ਮੈਂ ਸਾਨੂੰ ਪਾਣੀ ਪਿਆਦੀ ਨਾਲੇ ਆ ਮੈਂ ਆਪਕੀ ਨੌਕਰਾਨੀ ਨਹੀਂ ਹੂੰ ਮੈਂ ਤਾਂ ਇਹ ਬਤਾਨੇ ਆਈ ਹੂੰ ਆਪ ਸ਼ਹਿਰ ਗਏ
तू मेरे लिए मछली और चावल लेकर आना। और मच्छी अपने घरे कितो बनती है कमली? मच्छी पिछे तो मैं भी क्लेश करूंगी। बनती है नहीं बनती ये मुझे नहीं मालूम। आपकी मम्मी डेली बना लेती है कद्दू वद्दू, ये मुझे नहीं पसंद। ओ यार खा लिया कर चुप करके, होर बना लेंगे सब्जी, तोरियां धर लेंगे, भिंडियां ले आऊंगा, ना खाई कद्दू। छी छी छी, ऐसी सब्जियां मुझे बिल्कुल नहीं पसंद। बस आप जब भी जाओ शहर तो मेरे लिए मच्छी चावल लेकर आना। ओ मच्छी चावल हुण देखता ला यार, घरे क्लेश पऊगा, बेबे लड़ाई करूगी, नहीं बनती मच्छी अपनी। मैंने बोल दिया ना एक बार, बस लेकर आना, अगर लेकर ना आए तो मुझसे बुरा कोई नहीं होगा। ले लेकर आयो, कहिंदी चल देख लेना कोई ना, ले आऊंगा मच्छी। लिया हुण जदों मच्छी घरे बनदी नहीं, मीट तां कदे धरिया नहीं साडे घरे। ठीक ही कहिंदी सी बेबे, ना करा विआह इहदे नाल भैया राणी नाल, औखा होएगा। हुण नाल तां कम्म सारे करने पैंदे आ, ना कम्म कोई कराउंदी आ, उत्तों मच्छी भालदी आ। हुण फस गया कलिया, हुण तां करनी पैणगे, मरदे नूं अक तां चबणा पऊ। तैं ही गलती करी हुण भुगत। देख ला किवें अंदर बड़ी बैठी है मैडम बन के। वे अच की लेके आया पुत्ता? ओए ता ओदे वास्ते पादी वास्ते ने बे। हां आ चावल ने या एक मच्छी ले आया? वो मच्छी? बे तेरी शर्म ले जे, तेरी मोटे दिमाग दे, तेरा दिमाग खराब है। तू क्यों कर दी पट्टी मेस करेगा, जिथों लेके आया ना बंदे दा पुत्त बन के उठी मोड़िया। ऐसे कैसे मोड़ दे? अभी अभी ना मुझे मछली चावल बना कर दो, मुझे अभी तैयार चाहिए। आया स्वाद बना बना के इनू चमचे नाल खवा भी दई, पा दी इहदे मुंह च। महारानी दे देख ले शर्म लेगी सोडी। चल कोई ना पाली, ले आना बना के, तुसी ना गुस्सा करो, बना के ले। जल्दी से बना कर लेकर आओ। हाँ, समझे? ले आना। बे तू इत्थे किथे रिनेगा इनू? आ चुल्ले ते होर किथे? मैं नहीं चुल्ले चले ते तैनू रिनन दंदी हैगी। होर मैं गमांडियां दे लेके जावां ने? ओ मैनू नहीं पता हैगा जी, मैं एनू लेके आए ना, अही आ भी बना के लिया कर बारो। बेली जा पापड़ा पकाई जा, ए मूरे रोटियां भी पका के खवाया करेगा, तू खवाया करेगा। हूने तो हो गए अड करते हैं महाराणी ने, एक गलों तो बढ़िया होया, मैनू भी स्वाद आ गया। ये मुंडा जा भी अं लौट आऊगा, उसने सीधा करे की करा, अंदर तो मेरा बथेरा मचद मां, फिर भी अं देखा तो नहीं जाता, पर करा की, ये कड़ा मेरी मन दल कोई गल मन है। वह कहें होंगे ने कि औले का खाधा तो सियाने का कहा, बाद चो ही पता लगता ना, यह मुंडा मगरों बेले रोऊगा अखा च सुन दे के। अरे कितना टाइम लगेगा, बने नहीं है मछली चावल? पाली गल सुन मेरी, मैं इत्थों नहीं बनदे मछली चावल ते ना मैनू बनाउणे आउंदे ने। ऐसे कैसे नहीं बनते, मैं कब से बोल रही हूँ बना कर लेकर आओ। मेरा जवाब है मैं इत्थों नहीं बनदे, आप बना ला जाके। ऐसे कैसे नहीं बनते? नहीं बनदे, नहीं बनते, नहीं बनदे, परा मछली चावल नहीं। पाली आ बने तेरे अगे हाथ यार, मैं दस दे मेरी गलती की आ। बताऊं? बताऊं? दस की गलती है मेरी? आपकी क्या गलती है? मेरी मम्मी बीमार थी, आपने मेरे माँ बाप का नजायज फायदा उठाकर मेरा सौदा किया और मेरे बापू को पैसे दिए। पंजाब के लोग बड़े गंदे लोग हैं, खुद तो लड़कियां पैदा करना पसंद नहीं करते और हमें बिहार से खरीद लेते हो। आपके पंजाब में लड़कियां हो ना तो हमें बिहार से खरीदो ना आप लोग, और हम भी अपनी मर्जी से शादी करवा सके। उन्हें मेरे साथ रिश्ता नहीं जोड़ा, सौदा किया है सौदा, तो सौदे के रिश्ते ऐसे ही होते हैं सरदार साहब। बस कर पाली, पाली
मैंने अपनी गलती का एहसास हो गया। छावा से पुत तेरे छावा से सदके जावा धीए मैं तेरी सोच तो तू मेरे इस बुजड़ जे पुत नूं सबक सिखाया। पुत मैनू माफ कर दे पाली पुत ऐच तेरी जमा भी गलती नहीं हैगी पर फिर भी मैं तेनू बहुत बुरा भला कहती रही पर मैनू नहीं पता सी धीए कि तू इन्नी तकड़ी सोच ली बैठी है सानू माफ कर दे पुत। पाली तेरी गल सही आ बेबे जे साडे अपने पंजाब दे विच कुड़ियां ना मरवाउण तां कोई भी मुंडा कुंवारा ना रहे ते सारयां दे विआह इत्थी होण। इन्हां दे माँ प्यो इन्हां नूं मजबूरी च बेच दिंदे ने ते असीं की करदे आ पैसे दे के अपने घरे ले आउने आ ते इत्थे नौकर बना के उन्हां तों कम करवाउने आ फिर जिहड़े पैसे दे के रिश्ता हुंदा उह तां इहो जिहा ही हुंदा जिवें हुण इह करदी सी। सही गल है पुत तेरी पर पाली पुत हुण जे तूं चाहे तेरी मर्जी होवे तां तूं इत्थे रहि सकदी है मैं तैनू आपदे घर की नूह बनाने तैयार हाँ पर जे तू जाना चाहनी है तो तू जा सकती है तेनू आजादी है पाली पुत तेनू असी रोक के नहीं रख सकते। नहीं बेबे इनू आप एक मजबूरी च लैके आए हाँ बेबे बीमार सी ते मैं ये प्यो नू दारू ते पैसे दे के लालच दे के उनू फेरे का सौदा किया गलती तो मेरी सी सब तो वड्डी ते उहदी सज़ा भी अज मैं ही भुगत रहा हूँ। मैं सारयां नू यही कहूँगा भी कुड़ियां मरवाउणियां पंजाब च बंद करो ता जो सारयां दा इत्थे विआह होवे किसी नूं भी इहो जी नौबत ना आवे भी घर वाली बाहरों लैके आउणी पवे ते आ दिन आवे उते। सही गल है पुत तेरी चल माफ कर दे पाली पुत सानूं दोनों नूं माफ पुत्तां नूं। चल ऐ कर पाली हो जा तैयार जिहड़ा कुछ होणा सी हो गया तैनूं मैं छड्ड के आउणा। हां जी दोस्तों सारयां नूं प्यार भरी सति श्री अकाल ते हुणी हुणी तुसीं साडी वीडियो देख के हटे हो उम्मीद है कि तुहानूं बहुत पसंद आई होणी। इस वीडियो दे विच असीं इही मैसेज देण दी कोशिश कीती है कि अपने पंजाब दे विच अंकड़ियां दे मुताबक कुड़ियां दी गिणती बहुत घट है ते कुड़ियां दी गिणती घट होण दे कारण सानूं रिश्तियां विच प्रॉब्लम आउंदी है। हर एक बंदा यह चाहुंदा कि कुड़ी पैदा ना करिए ते नूं हर एक नूं चाहीदी है ते दिक्कत इत्थे आ जांदी है। इस करके असीं यही रिक्वेस्ट करदे हां कि कुड़ियां नूं ना मारो ते इस करके अपने पंजाब दे विच ही पंजाब दे मुंडियां दे रिश्ते हो सकन। ते असीं बिहार तों यूपी तों कुड़ियां नूं लै के आउने आ कोई मुल लै के आउंदा कोई किवें ते फिर असीं उहनां नूं ताने मिहणे सुणाउने आ कि यूपी दी आ बिहार ना ये आ वो आ तो सानू नौबत ना आवे आने वाले समय के वीडियो तो सानू यह जरूर सीखा लेती होनी। थैंक यू जी सो मच चैनल सबसक्राइब कर लो तो कि नवी नवी वीडियो के नोटिफिकेशन तुम्हें मिलते रहन। बहुत बहुत शुक्रिया जी।